हाँ जी, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਹੋ ਸਾਰੇ? ਮੈਂ ਬੈਠੀ ਸੀਗੀ ਧੁੱਪੇ, ਤੇ ਹੁਨਰ ਪਹਿਲਾਂ ਗਿਆ ਸੀਗਾ ਦੁਕਾਨ ਤੇ ਆਪਦੇ ਪਾਪਾ ਦੇ ਕੋਲੇ, ਤੇ ਫਿਰ ਘਰੇ ਆ ਗਿਆ ਸੀ। ਤੇ ਮੈਂ ਇਹਦੀ ਅੱਜ ਸਿਰ ਦੀ ਮਸਾਜ ਕਰੀ, ਆਇਲ ਵਗੈਰਾ ਚੰਗੀ ਤਰ੍ਹਾਂ ਲਗਾਇਆ ਜਿਹਦੇ ਸਿਰ ਤੇ, ਗੋਦੀ 'ਚ ਪਿਆ ਸੀਗਾ। ਹੁਣ ਗੱਲਾਂ ਕਰੀ ਜਾਂਦਾ ਸੀ। ਲੱਗੀ ਸੀ ਹੁਨਰ ਦੇ ਲਈ ਪੋਹਾ ਬਣਾਉਣ, ਘਰੇ ਆ ਗਿਆ ਸੀ ਹੁਨਰ। ਮੈਂ ਕਿਹਾ ਚੱਲ ਉਹਨੂੰ ਕੁਛ ਖਿਲਾ ਦਾਂ, ਥੋੜ੍ਹਾ ਜਿਹਾ ਦੇਸੀ ਘਿਓ ਪਾਉਣੀ ਹੁੰਦੀ ਹੈ ਵਿੱਚ, ਜ਼ਿਆਦਾ ਨਹੀਂ ਥੋੜ੍ਹਾ। ਤੇ ਆਪਣਾ ਪੋਹਾ ਮੈਂ ਧੋ ਕੇ ਮਤਲਬ ਕਿ ਭਿਉਂ ਕੇ ਰੱਖਤਾ ਥੋੜ੍ਹਾ ਜਿਹਾ, ਹੁਨਰ ਜੋਗਾ ਜ਼ਿਆਦਾ ਨਹੀਂ। ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਜੀਰਾ ਪਾਉਣੀ ਹੁੰਦੀ ਹਾਂ, ਅਤੇ ਥੋੜ੍ਹਾ ਜਿਹਾ ਮੈਂ ਪਾਉਣੀ ਹੈਗੀ ਨਮਕ, ਥੋੜ੍ਹਾ ਜਿਹਾ ਮੈਂ ਜੀਰਾ ਪਾ ਤਾ। ਗੈਸ ਨੂੰ ਥੋੜ੍ਹਾ ਜਿਹਾ ਮੈਂ ਸਿਮ ਕਰ ਦੂੰ, ਕਿਉਂਕਿ ਜ਼ਿਆਦਾ ਤਾਂ ਹੈ ਨਹੀਂ ਗਾ, ਹੈ ਨਾ। ਅਤੇ ਪਹਿਲਾਂ ਹੁਣ ਮੈਂ ਸਪੂਨ ਲੈ ਲਿਆ ਇੱਕ, ਸਪੂਨ ਲੈਣ ਤੋਂ ਬਾਅਦ ਬਸ ਜੀਰਾ ਭੁੱਜਣ ਵਾਲਾ ਗਾ, ਹੁਣ ਬਲੈਕ ਜਿਹਾ ਹੋਣ ਲੱਗ ਗਿਆ। ਬਸ ਇਹਦੇ 'ਚ ਪੋਹਾ ਪਾ ਦੂੰ ਸਾਰਾ, ਇਹਦੇ ਵਿੱਚ ਸਾਰਾ ਮੈਂ ਪੋਹਾ ਪਾ ਤਾ। ਉਹ ਜਿਹੜਾ ਪਾਣੀ ਉਹ ਮੈਂ ਐਂਡ 'ਤੇ ਪਾ ਦੂੰ, ਬਿਕੋਜ਼ ਰਿੱਝੂਗਾ, ਹੈ ਨਾ। ਅਤੇ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਨਮਕ ਐਡ ਕਰੂੰਗੀ, ਇਹਦੇ 'ਚ ਮੈਂ ਥੋੜ੍ਹਾ ਜਿਹਾ ਨਮਕ ਵੀ ਐਡ ਕਰਤਾ। ਹੁਣ ਮੈਂ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਉਣੀ ਹੁੰਦੀ ਹੈ ਇਹਦੇ 'ਚ, ਇਹਨੂੰ ਰਿਝਾਈ ਜਾਊਂਗੀ ਚੰਗੀ ਤਰ੍ਹਾਂ। ਨਹੀਂ ਫੁੱਲ ਜਾਣਾ, ਜਿੰਨਾ ਕੁ ਇਹ ਖਾਂਦਾ ਗਾ ਉਨਾ ਕੁ ਐਵੇਂ ਫੁੱਲ ਕੇ ਬਣ ਜਾਂਦਾ ਹੁੰਦਾ। ਮੈਂ ਥੋੜ੍ਹੀ ਕੁਆਂਟਿਟੀ 'ਚ ਬਣਾਉਣੀ ਹੁੰਦੀ ਹਾਂ, ਬਸ ਇੱਦਾਂ ਮੈਂ ਇਹਨੂੰ ਮਿਕਸ ਕਰੀ ਜਾਊਂਗੀ। ਗੈਸ ਥੋੜ੍ਹਾ ਜਿਹਾ ਆਪਾਂ ਤੇਜ਼ ਕਰ ਲੈਂਦੇ ਹੈਗੇ, ਬਸ ਇਹ ਹੁਣ ਇੱਦਾਂ ਰਿੱਝਦੀ। ਵੈਸੇ ਪੋਹਾ ਤਾਂ ਜ਼ਿਆਦਾ ਮਤਲਬ ਰਿਝਾਉਣਾ ਵੀ ਨਹੀਂ ਪੈਂਦਾ, ਜਲਦੀ ਹੀ ਬਣ ਜਾਂਦਾ ਹੁੰਦਾ। ਪਰ ਚੱਲ ਆਪਦਾ ਆਪਦਾ ਹਿਸਾਬ ਹੁੰਦਾ, ਹੈ ਨਾ ਸਭ ਦਾ। ਮੈਂ ਰਿੱਝੀ ਜਾਊਗਾ। ਕੀ ਕਰਦੇ ਹੋ ਬੱਚੇ, ਕੀ ਕਰਦੇ ਹੋ ਤੁਸੀਂ, ਕਿਹਨੂੰ ਬੋਲ ਮਾਰਦੇ ਹੋ? ਆ ਤੇਰੀ, ਆ ਜਾਓ ਜੀ, ਆ ਜਾਓ ਬੱਚੇ। ਬਸ ਪੋਹਾ ਆਪਣਾ ਹੁਣ ਰੈਡੀ ਹੋਣ ਵਾਲਾ ਗਾ, ਅਤੇ ਇਹਨੂੰ ਹੁਣ ਮੈਂ ਬਸ ਗੈਸ ਬੰਦ ਕਰਕੇ ਰੱਖ ਦੂੰਗੀ, ਠੰਡਾ ਹੋ ਜੂਗਾ। ਦੇਖੋ ਇੱਦਾਂ ਦਾ ਬਣ ਜਾਂਦਾ ਵਧੀਆ। ਹੁਨਰ ਬਹੁਤ ਮਤਲਬ ਕਿ ਮਜ਼ੇ ਨਾਲ ਖਾਂਦਾ ਹੁੰਦਾ, ਇਹਦਾ ਫੇਵਰੇਟ ਹੈ ਇਹ। ਚਲੋ ਜੀ ਗੈਸ ਕਰਤਾ ਆਪਾਂ ਬੰਦ, ਹੁਣ ਇਹ ਹੋ ਜੂਗਾ ਠੰਡਾ। ਫਿਰ ਇਸ ਤੋਂ ਬਾਅਦ ਮੈਂ ਖਾਧੀ ਪੰਜੀਰੀ, ਜਿਹੜਾ ਛੋਟੇ ਬੱਚਿਆਂ ਦਾ ਰਾਸ਼ਨ ਆਉਂਦਾ ਹੁੰਦਾ ਨਾ, ਉਹ ਆਇਆ ਸੀਗਾ ਅਤੇ ਮੈਂ ਥੋੜ੍ਹੀ ਜਿਹੀ ਖਾਧੀ। ਆਜੋ 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 ਆਜੋ, ਮੇਰਾ ਪੁੱਤ ਆ ਗਿਆ ਆ ਗਿਆ ਆ ਗਿਆ, ਗੁੱਡ ਬੋਏ, ਆ ਗਏ ਓਏ, ਛੋਨੀ ਤੁਰਨ ਲੱਗ ਜਾਓ ਪੁੱਤ ਜਲਦੀ। ਕਿੱਧਰ ਗਿਆ ਪਾਪਾ? ਪੁੱਤ ਦੁਕਾਨ ਤੇ ਨੇ, ਮਾਮਾ ਤੇ ਨੇ ਪੁੱਤ? ਹਾਂਜੀ, ਹੁਣ ਵੱਜ ਗਈ ਸੀਗੀ ਦੁਪਹਿਰ ਦੇ 3, ਤੇ ਮੈਂ ਬਣਾ ਲਈ ਸੀਗੀ ਚਾਹ। ਹੁਣ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ